ਅੰਮ੍ਰਿਤਪਾਲ ਬਾਰੇ ਗੱਲ ਕਰਨ ਗਿਆ ਸੀ, ਉਹਨਾਂ ਦੀ ਓਥ ਬਾਰੇ ਵੀ, ਤਾਂ ਉਹਨਾਂ ਨੇ ਮੈਨੂੰ ਕਿਹਾ ਵੀ 5 ਤਰੀਕ ਨੂੰ 100% ਸ਼ੋਰਟੀ ਨਾਲ ਉਹਨਾਂ ਨੇ ਕਿਹਾ ਵੀ 5 ਤਰੀਕ ਨੂੰ ਉਹਨੂੰ ਓਥ ਦਵਾਈ ਜਾਏਗੀ। तो क्या आपके दिमाग में था जब आपने बात करी, क्योंकि लगातार जो है कोशिश की जा रही थी कि जब सांसद बने हैं अमृतपाल, उनको जो है सो जो है वो चुकाई जाए, लेकिन अभी तक कोई समय जो है वो नहीं मिला था। अब वैसे तो जी जो बनता है इनू 25 तरीक नु चुकाउनी चाहिदी सी, सारियां दे नाल ही, पंजाब दे सारे मेंबरां दे नाल ही, पर इन्हां ने नहीं उदों कीता चुकाई ते, पर हुण इहदे डेफिनेट है भी कह रहे हैं, ਕਿਉਂਕਿ ਮੈਂ ਸਪੈਸ਼ਲੀ ਕਈ ਦਿਨਾਂ ਤੋਂ ਇਸ ਕਈ ਵਾਰੀ ਮਿਲ ਚੁੱਕਿਆ ਹੈ ਦੱਤਾ ਜੀ ਨੂੰ, ਇਹਨਾਂ ਦੇ ਜਿਹੜੇ ਪਰਸਨਲ ਅਸਿਸਟੈਂਟ ਹੈ ਕਹਿ ਲਓ ਤੁਸੀਂ, 2-3 ਵਾਰੀ ਉਹਨਾਂ ਨੂੰ ਮਿਲਿਆ ਹੈ, ਉਹ ਵੀ ਕਹਿੰਦੇ ਸੀ ਵੀ ਅਸੀਂ ਛੇਤੀ ਤੋਂ ਛੇਤੀ ਲੱਗੇ ਹੋਏ ਹਾਂ, ਕਿਉਂਕਿ ਪੰਜਾਬ ਗੌਰਮੈਂਟ ਤੋਂ ਵੀ ਕਲੀਅਰੈਂਸ ਚਾਹੀਦੀ ਹੈ, ਅਤੇ ਉੱਥੋਂ ਵੀ ਆ ਗਈ, ਹੁਣ ਸਾਰੇ ਪਾਸੋਂ ਆ ਗਈ ਹੈ, ਅਤੇ ਹੁਣ 5 ਤਰੀਕ ਨੂੰ ਚੁਕਾਉਣਗੇ। ਪਾਰਲੀਮੈਂਟ ਦੀ ਸੈਂਟਰ ਗੌਰਮੈਂਟ ਦੀ ਹੀ ਡਿਊਟੀ ਹੈ, ਇਹਦੇ ਵਿੱਚ ਸਰ ਕਈ ਕਲੀਅਰੈਂਸ ਚਾਹੀਦੀਆਂ ਹੈ, ਪਹਿਲਾਂ ਤਾਂ ਗੌਰਮੈਂਟ ਤੋਂ ਸਟੇਟ ਗੌਰਮੈਂਟ ਦੀ ਚਾਹੀਦੀ ਹੈ ਪੰਜਾਬ ਦੀ, ਫਿਰ ਉਹ ਕੋਰਟ ਤੋਂ ਵੀ ਪਰਮਿਸ਼ਨ ਚਾਹੀਦੀ ਹੈ, ਫਿਰ ਉਹ ਕੋਰਟ ਤੋਂ ਪਰਮਿਸ਼ਨ ਲੈ ਕੇ ਫਿਰ ਇਹ ਹੁਣ ਇਹਨਾਂ ਕੋਲ ਆ ਗਈ ਹੈ ਪਾਰਲੀਮੈਂਟ ਕੋਲ, ਤੇ ਇਹਨਾਂ ਫਿਰ ਇਹ ਹੁਣ ਲੈ ਕੇ ਆਉਣਗੇ 5 ਤਰੀਕ ਤੋਂ, ਮਾਨਾ ਜਾਏਗੀ 5 ਤਰੀਕ ਤੋਂ ਪੱਕਾ ਜੋ ਹੈ ਜੀ, ਜੋ ਮੈਨੂੰ ਉਹਨਾਂ ਨੇ ਕਿਹਾ ਡੈਫੀਨੇਟ ਕਿਹਾ ਹੈ। ਤਾਂ ਬਾਤ ਕਰੇ ਤੋ ਅਕਾਲੀ ਦਲ ਮੇਂ ਜਿਸ ਤਰੀਕੇ ਸੇ ਫੂਟ ਪੜੀ ਹੋਈ ਹੈ, ਉਸਕੋ ਆਪ ਕਿਸ ਤਰੀਕੇ ਸੇ ਦੇਖਦੇ ਹੈ? ਮੈਂ ਤਾਂ ਜੀ ਇਹ ਕਹਿੰਦਾ ਵੀ ਉਹਨਾਂ ਦਾ ਦੇਖੋ ਇਹ ਐਕਚੁਅਲੀ ਨਾ ਪਰਸਨਲ ਮੈਟਰ ਹੈ, ਅਸੀਂ ਹੁਣ ਕੀ ਕਹੀਏ, ਬਸ ਇੰਨਾ ਜ਼ਰੂਰ ਕਹੂੰਗਾ ਕਿ ਇਹ ਬਹੁਤ ਦੇਰ ਤੋਂ ਰੌਲਾ ਚੱਲ ਰਿਹਾ ਸੀ ਵੀ ਸੁਖਬੀਰ ਬਾਦਲ ਨੂੰ ਹਟਾ ਕੇ ਕਿਸੇ ਹੋਰ ਨੂੰ ਪ੍ਰਧਾਨ ਲਾਉਣ ਦਾ, ਇਹ ਬਹੁਤ ਦੇਰ ਹੋ ਗਈ ਇਹ ਰੌਲਾ ਪੈ ਰਿਹਾ ਸੀ ਵੀ ਹੋਰ ਨੂੰ ਲਾਇਆ ਜਾਵੇ, ਅਤੇ ਹੁਣ ਜ਼ਿਆਦਾ ਐਕਚੁਅਲੀ ਵਾਰ ਵਾਰ ਹਾਰ ਦਾ ਸਾਹਮਣਾ ਕਰਦੀ ਪਈ ਹੈ ਪਾਰਟੀ, ਫਿਰ ਉਨੀ ਗੱਲ ਫਿਰ ਹੋਰ ਉੱਠਦੀ ਹੈ, ਜਾਂ ਤਾਂ ਜਿੱਤ ਜਾਂਦੀ ਪਾਰਟੀ ਫਿਰ ਤਾਂ ਗੱਲਾਂ ਸਾਰੀਆਂ ਦੱਬ ਜਾਂਦੀਆਂ, ਨਹੀਂ ਕਿਉਂਕਿ ਇਹਦੇ MLA ਦੇ ਵਿੱਚ ਵੀ ਇਹਨਾਂ ਦਾ ਇੱਕ ਅੱਧਾ ਕੈਂਡੀਡੇਟ ਜਿੱਤਿਆ ਹੈ, ਉਹ ਵੀ ਜਿਹੜਾ ਜਿੱਤਿਆ ਹੈ ਆਪਣੀ ਪਰਸਨਲ ਅਬਿਲਿਟੀਜ਼ ਕਰਕੇ ਜਿੱਤਿਆ ਜਾਂ ਆਪਣੇ ਕੰਮ ਕਾਰ ਕਰਕੇ ਜਿੱਤਿਆ, ਉਹਦੇ ਵਿੱਚ ਪਾਰਟੀ ਦਾ ਕੋਈ ਰੋਲ ਨਹੀਂ ਹੈ ਉਹਨਾਂ ਦੀ ਜਿੱਤ ਦੇ ਵਿੱਚ। ਅਬ ਕੁਛ ਜੋ ਬਾਗੀ ਲੋਕ ਹੈ ਵੋ ਸ੍ਰੀ ਅਕਾਲ ਤਖਤ ਸਾਹਿਬ ਗਏ, ਵਹਾਂ ਪਰ ਮਾਫੀਨਾਮਾ ਜੋ ਹੈ ਵੋ ਦਿਆ ਗਿਆ, ਹਾਂ ਜੀ, ਆਪ ਕੈਸੇ ਦੇਖ ਰਹੇ ਹੈਂ? ਮੈਂ ਕੁਛ ਨਹੀਂ ਕਹਿਣਾ ਚਾਹੁੰਦਾ ਜੀ ਇਹਦੇ ਬਾਰੇ, ਕੁਛ ਨਹੀਂ, ਉਹ ਤਾਂ ਉਹਨਾਂ ਦੀ ਆਪਣੀ ਹੈ ਜੀ, ਜੋ ਮਰਜ਼ੀ ਕਰਨ ਉਹ। ਹਾਂ ਲੇਕਿਨ ਇੱਕ ਜਬ ਜਬ ਬਾਈ ਇਲੈਕਸ਼ਨ ਹੋ ਰਹੇ ਹੈ ਜਲੰਧਰ ਕੇ ਅੰਦਰ, ਆਪ ਸੇ ਵੀ ਸਮਰਥਨ ਜੋ ਹੈ ਉਹਨੇ ਮੰਗਾ ਹੈ, ਕਿ ਆਪ ਸਮਰਥਨ ਦੇਂਗੇ? ਨਹੀਂ ਜੀ, ਸਾਨੂੰ ਕਿਹੜਾ ਪੁੱਛ ਕੇ ਖੜੇ ਹੋਏ ਹਾਂ, ਉਹ ਤਾਂ ਬਾਅਦ 'ਚ ਸਮਰਥਨ ਮੰਗਿਆ ਉਹਨਾਂ ਨੇ, ਨਹੀਂ ਅਸੀਂ ਨਹੀਂ ਦਿੰਦੇ ਸਮਰਥਨ ਕਿਸੇ ਨੂੰ, ਆਪ ਕਿਸੇ ਕੋ ਸਮਰਥਨ ਨਹੀਂ, ਹਮ ਨਹੀਂ ਦੇਂਗੇ। ਔਰ ਆਪਕੋ ਸਾਂਸਦ ਬਣਾਇਆ, ਹਾਂ ਜੀ, ਕਿਸ ਤਰੀਕੇ ਸੇ ਉਨਕੀ ਜੋ ਮੰਗੇ ਹੈ ਉਨ ਪਰ ਖਰਾ ਉਤਰੋਗੇ? ਹਮ ਜੀ ਜੋ ਵੀ ਹੈ ਆਪਣੀ ਡਿਊਟੀਜ਼ ਹੈ, ਜਿਹੜੀਆਂ ਆਪਣੀਆਂ ਡਿਊਟੀਜ਼ ਹੈ, ਮਤਲਬ ਮੈਨੂੰ ਜੋ ਫੰਡ ਮਿਲੇਗਾ ਹੈ ਨਾ, ਅਤੇ ਜੋ ਵੀ ਆਪਣਾ ਹੋਰ ਮੇਰੇ ਕੋਲ ਜੋ ਪਾਵਰ ਹੈ ਲੋਕਾਂ ਦੇ ਕੰਮ ਹੈ, ਮੈਂ ਪਹਿਲ ਦੇ ਆਧਾਰ 'ਤੇ ਕਰੂੰਗਾ ਜੀ। ਹਾਂਜੀ, ਬਹੁਤ ਪਿਆਰ ਦਿੱਤਾ, ਮੈਂ ਬਹੁਤ ਧੰਨਵਾਦ ਹੈ ਜੀ, ਮੈਨੂੰ ਨਿਮਾਣੇ ਨੂੰ ਇੰਨਾ ਮਾਣ ਬਖਸ਼ਿਆ ਹੈ,
ਤੇ ਜਿਤਾਇਆ ਮੈਨੂੰ ਬਹੁਤ ਬਹੁਤ। ਮੈਂ ਸਾਰੇ ਹਲਕਾ ਵਾਸੀਆਂ ਦਾ, ਦੇਸ਼ ਵਿਦੇਸ਼ ਵਿੱਚ ਬੈਠੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। 40 ਸਾਲ ਬਾਅਦ ਆਪਕੋ ਜਿਤਾਇਆ ਹੈ ਜਨਤਾ ਨੇ, ਹਾਂਜੀ, ਅੱਛਾ ਰਿਜ਼ਲਟ ਦਿਆ ਹੈ ਜਨਤਾ ਨੇ, ਬਹੁਤ ਅੱਛਾ ਜੀ, ਬਹੁਤ ਅੱਛਾ, ਬਹੁਤ ਅੱਛਾ। ਵਹੀ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾ ਭਾਸ਼ਣ, ਉਸਕੋ ਆਪਨੇ ਕਿਸ ਤਰੀਕੇ ਸੇ ਦੇਖਾ ਔਰ ਕਿਆ ਕਹੇਂਗੇ ਉਸਕੋ ਲੇਕਰ? ਮੈਂ ਇਹ ਕਹਿਣਾ ਚਾਹੂੰਗਾ ਜੀ, ਬਈ ਜਿੱਦਾਂ ਹੁਣ ਨਰਿੰਦਰ ਮੋਦੀ ਬੋਲੇ ਹੈ, ਉਹਨਾਂ ਦਾ 2.5 ਘੰਟੇ ਦਾ ਭਾਸ਼ਣ ਸੀ, ਵਿੱਚੋਂ 2 ਘੰਟਾ 20 ਮਿੰਟ ਤਾਂ ਉਹ ਰਾਹੁਲ ਗਾਂਧੀ 'ਤੇ ਹੀ ਬੋਲੀ ਗਏ। ਅਤੇ ਜੇ ਉਹਨਾਂ ਨੇ ਇਕੱਲਾ ਰਾਹੁਲ ਗਾਂਧੀ 'ਤੇ, ਜਦੋਂ ਕਿ ਉਹਨਾਂ ਨੂੰ 10 ਮਿੰਟ ਰਾਹੁਲ ਗਾਂਧੀ 'ਤੇ ਬੋਲਣਾ ਚਾਹੀਦਾ ਸੀ ਅਤੇ 2 ਘੰਟਾ 20 ਮਿੰਟ ਇਸ ਦੇਸ਼ ਦੀਆਂ ਸਮੱਸਿਆ ਬਾਰੇ ਜਾਂ ਜੋ ਕਰ ਰਹੇ ਹੈ ਕਰਨਾ ਇਨ ਫਿਊਚਰ ਉਹਦੇ ਬਾਰੇ ਦੱਸਣਾ ਚਾਹੀਦਾ ਸੀ। ਮੈਨੂੰ ਲੱਗਦਾ ਵੀ ਇਹ ਆਪਸ ਦੇ ਵਿੱਚ ਰਾਹੁਲ ਗਾਂਧੀ ਨੇ ਇਹਨਾਂ ਨੂੰ ਇੰਨਾ ਉਲਝਾ ਲਿਆ ਹੈ ਅਤੇ ਕੀ ਇਹਨਾਂ ਨੂੰ ਹੁਣ ਸੁਰਤੀ ਨਹੀਂ ਆ ਵੀ ਮੈਂ ਦੇਸ਼ ਦੀ ਗੱਲ ਵੀ ਕਰਨੀ ਹੈ। ਜਿਸ ਤਰੀਕੇ ਸੇ ਅਕਾਲੀ ਦਲ ਕਮਜ਼ੋਰ ਹੁੰਦਾ ਜਾ ਰਿਹਾ ਹੈ, ਇਸੇ ਕਿਆ ਪੰਜਾਬ ਕੀ ਰਾਜਨੀਤੀ ਮੇਂ ਨੁਕਸਾਨ ਹੋਗਾ ਕਿ ਫਾਇਦਾ ਹੋਗਾ? ਕਿਉਂਕਿ ਕੌਮ ਕੀ ਸਿੱਖੋ ਕੀ ਪਾਰਟੀ ਜੋ ਹੈ ਸ਼੍ਰੋਮਣੀ ਅਕਾਲੀ ਦਲ ਕੋ ਕਹਾ ਜਾਂਦਾ ਹੈ। ਦੇਖੋ ਜੀ, ਪਾਰਟੀ ਤਾਂ ਜਿਹੜੀ ਫੇਲ ਹੁੰਦੀ ਹੈ ਆਪਣੀਆਂ ਕਾਰਗੁਜ਼ਾਰੀਆਂ ਕਰਕੇ ਫੇਲ ਹੁੰਦੀ ਹੈ, ਅਕਾਲੀ ਦਲ ਕਦੀ ਫੇਲ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ, ਇਹ ਯਾਦ ਰੱਖ ਲਿਓ ਗੱਲ, ਅਕਾਲੀ ਦਲ ਨਹੀਂ ਫੇਲ ਹੋ ਸਕਦਾ, ਬੰਦਾ ਫੇਲ ਹੋ ਸਕਦਾ ਹੈ ਜਿਹੜਾ ਪ੍ਰਧਾਨ ਹੈ ਅਕਾਲੀ ਦਲ ਦਾ, ਅਕਾਲੀ ਦਲ ਤੋਂ ਬਿਨਾਂ ਪੰਜਾਬ ਦੀ ਸਿਆਸਤ ਹੀ ਨਹੀਂ ਹੈ। ਜਿਹੜਾ ਵੀ ਹੁਣ ਜਿੱਦਾਂ ਸੁਖਬੀਰ ਫੇਲ ਹੋ ਗਿਆ ਸਮਝ ਲਓ, ਹੁਣ ਦੂਜਾ ਜਿਹੜਾ ਅਕਾਲੀ ਦਲ ਪਾਰਟੀ ਬਣੂਗੀ ਉਹ ਅਕਾਲੀ ਦਲ ਹੀ ਹੋਊਗਾ, ਹੋਊਗਾ ਅਕਾਲੀ ਦਲ ਹੀ, ਉਹਦਾ ਉਹਦਾ ਪ੍ਰਧਾਨ ਕੌਣ ਹੋਊਗਾ, ਉਹਨੂੰ ਉਹਨੂੰ ਚਲਾਉਣ ਦੀ ਉਹਦੀ ਸਮਝ ਕਿਵੇਂ ਦੀ ਹੋਊਗੀ, ਉਹ ਪਾਰਟੀ ਦੇ ਸਕਸੈਸ ਹੋਣ 'ਤੇ ਉਸ ਪ੍ਰਧਾਨ ਦੀ ਸਮਝ 'ਤੇ ਡਿਪੈਂਡ ਕਰਦਾ ਹੈ। ਕਿਆ ਲੱਗਦਾ ਹੈ ਕਿ ਪਾਰਟੀ ਦਾ ਪ੍ਰਧਾਨ ਬਦਲਾ ਜਾਂਦਾ ਹੈ ਤਾਂ ਕਹੀਂ ਨਾ ਕਹੀਂ ਫਿਰ ਪਾਰਟੀ ਪਰ ਲੋਕ ਵਿਸ਼ਵਾਸ ਜਤਾ ਸਕਦੇ ਹੈ, ਪਾਰਟੀ ਉੱਠ ਸਕਦੀ ਹੈ? ਦੇਖੋ ਜੀ, ਗੱਲ ਇਹ ਹੁੰਦੀ ਹੈ ਵੀ ਪਾਰਟੀ ਇਹ ਨਹੀਂ ਹੈ ਵੀ ਹਾਰਾਂ ਨਹੀਂ ਹੁੰਦੀਆਂ, ਹਾਰਾਂ ਹੁੰਦੀਆਂ ਪਾਰਟੀਜ਼ ਦੇ ਵਿੱਚ, ਪਰ ਉਹ ਦੂਜੀ ਵਾਰੀ ਪਾਰਟੀ ਨੂੰ ਕਵਰ ਕਰਨਾ ਚਾਹੀਦਾ ਹੈ। ਜਿਹੜਾ ਅਕਾਲੀ ਦਲ ਬਾਦਲ ਹੈ ਇਹ ਬਹੁਤ ਲੌਂਗ ਟਾਈਮ ਤੋਂ ਨਾ ਕੌਂਸਟੈਂਟ ਹਾਰਦਾ ਹੀ ਆ ਰਿਹਾ ਹੈ, ਇਹ ਜਿਵੇਂ ਟਾਈਮ ਲੰਘੀ ਜਾਂਦਾ ਹੈ ਇਹਨਾਂ ਦਾ ਗ੍ਰਾਫ ਥੱਲੇ ਹੀ ਗਿਰਦਾ, ਵੋਟ ਸ਼ੇਅਰ ਘੱਟਦਾ ਹੀ ਜਾ ਰਿਹਾ ਹੈ।